are watching Channel Y. Channel Y, a South Asian Canadian channel. ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਵਾਪਸ ਆਉਂਦੇ ਹੀ ਇਹਨਾਂ ਦੋਨਾਂ ਨੂੰ, ਜਿਨ੍ਹਾਂ ਵਿੱਚ ਕੈਨੇਡਾ ਤੋਂ ਆਏ ਹੋਏ ਆਦਮੀ ਅਤੇ ਆਸਟ੍ਰੇਲੀਆ ਤੋਂ ਆਈ ਹੋਈ ਮਹਿਲਾ ਸ਼ਾਮਿਲ ਹੈ, ਨੂੰ ਗੁਰੂਗ੍ਰਾਮ ਵਿੱਚ ਹੀ ਰੋਕ ਕੇ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਸੀ, ਜਿੱਥੇ ਦੋਨਾਂ ਨੇ ਆਪਣੇ ਕੁਆਰੰਟਾਈਨ ਦਾ ਸਮਾਂ ਪੂਰਾ ਕੀਤਾ। ਦੋਨਾਂ ਦੀ ਹਾਲਤ ਬਿਲਕੁਲ ਠੀਕ ਹੈ ਤੇ ਇੱਥੇ ਉਹਨਾਂ ਨੂੰ ਸਾਰੀਆਂ ਫਾਰਮੈਲਿਟੀਜ਼ ਪੂਰੀ ਕਰਨ ਤੋਂ ਬਾਅਦ ਵਾਪਸ ਉਹਨਾਂ ਦੇ ਘਰ ਭੇਜ ਦਿੱਤਾ ਗਿਆ ਹੈ। ਪੰਜਾਬ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਕਿ ਫਸਲਾਂ ਦੀ ਮੁੱਕ ਗਈ ਰਾਖੀ ਵੇ ਜੱਟਾ ਆਈ ਵਿਸਾਖੀ, ਪਰ ਇਸ ਵਾਰ ਦੀ ਵਿਸਾਖੀ ਕੁਝ ਬਦਲੀ ਬਦਲੀ ਹੈ। ਪਹਿਲਾਂ ਵਿਸਾਖੀ ਆਉਣ ਤੇ ਕਿਸਾਨਾਂ ਦੇ ਚਿਹਰੇ ਖਿੜ ਜਾਂਦੇ ਸਨ, ਪਰ ਇਸ ਵਾਰ ਚਿੰਤਾ ਦੇ ਬਾਦਲ ਛਾਏ ਹੋਏ ਨੇ, ਕਿਉਂਕਿ ਕਿਸਾਨ ਕੋਲ ਇਸ ਸਮੇਂ ਲੇਬਰ ਦੀ ਸਭ ਤੋਂ ਵੱਡੀ ਘਾਟ ਹੈ। ਮਜ਼ਦੂਰ ਲਾਕਡਾਊਨ ਦੇ ਕਾਰਨ ਪਹਿਲਾਂ ਹੀ ਆਪਣੇ ਸੂਬਿਆਂ ਵਿੱਚ ਵਾਪਸ ਜਾ ਚੁੱਕਿਆ ਹੈ। ਕਿਸਾਨਾਂ ਅਨੁਸਾਰ ਮਸ਼ੀਨਾਂ ਨਾਲ ਫਸਲ ਭਾਵੇਂ ਕੱਟੀ ਵੀ ਜਾਵੇ, ਪਰ ਤੂੜੀ ਨੂੰ ਸੰਭਾਲਣ ਲਈ ਲੇਬਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉੱਥੇ ਇਸ ਵਾਰ ਟੋਕਨ ਸਿਸਟਮ ਦੇ ਨਾਲ ਇਹ ਸੀਜ਼ਨ ਲੰਬਾ ਜਾ ਸਕਦਾ ਹੈ। ਪਰਿਵੰਦਾ ਕੋ ਸਾਰਾ ਨਹੀਂ ਹੈ ਕੰਮ ਦਾ, ਕੋਈ ਪਰਿਵਾਰ ਪਲੇ। ਕ੍ਰਿਸ਼, ਰੋਟੀ ਦਾ ਕਿਵੇਂ ਗੁਜ਼ਾਰਾ ਹੁੰਦਾ ਹੈ ਇਹ ਦਿਨਾਂ 'ਚ, ਜਦੋਂ ਕਿਉਂਕਿ ਪੈਸਾ ਕਮਾਉਣ ਲਈ ਤਾਂ ਕੋਈ ਕੰਮ ਨਹੀਂ ਹੈ, ਕਿਉਂਕਿ ਲੋਕਡਾਊਨ ਹੈ, ਘਰਾਂ ਵਿੱਚ ਰਹਿਣ ਦੀ ਹਿਦਾਇਤ ਹੈ, ਕਿਵੇਂ ਪੇਟ ਪਾਲਦੇ ਹੋ? ਰੋਟੀ ਦਾ ਕੋਈ ਸਹਾਰਾ ਨਹੀਂ ਹੈ, ਜੋ ਕਮਾ ਲਏ ਤੇ ਉਹ ਵੀ ਕੰਮ ਬੰਦ ਹੋ ਗਿਆ। ਅਬ ਜੋ ਚਾਹ ਰਹੇ ਹੈ, ਟ੍ਰੇਨ ਖੁੱਲ੍ਹੇ ਆਪਣੇ ਘਰੇ ਗਏ। ਕ੍ਰਿਸ਼, ਪਹਿਲਾਂ ਕੀ ਕੰਮ ਕਰਦੇ ਸੀ ਤੁਸੀਂ? ਪਹਿਲਾਂ ਆਪਣੇ ਘਰ ਪੇ ਵੀ ਖੇਤੀ ਕਾ ਹੀ ਕੰਮ ਕਰਦੇ, ਕਿੱਤੇ ਮਜ਼ਦੂਰ ਬਾਈ। ਅੱਛਾ, ਜੋ ਅਬ ਕਰ ਰਹੇ ਹੈ ਇੱਥੇ, ਜਿਹੜਾ ਤੁਸੀਂ ਫਸਲ ਕਟਾਈ ਕਰ ਰਹੇ ਹੋ, ਕੀ ਪਹਿਲੀ ਵਾਰ ਕਰ ਰਹੇ ਹੋ? ਜੋ ਪਹਿਲੀ ਵਾਰ ਕਰ ਰਹੇ ਹੋ? ਪਹਿਲੀ ਵਾਰ ਕਰ ਰਹੇ ਹੋ। ਮੁਸ਼ਕਿਲ ਦੇਖੋ ਜੀ, ਆਪਾਂ ਜ਼ਿੰਦਗੀ ਸੇ ਕਭੀ ਪੰਜਾਬ ਮੇਂ ਕਣਕ ਵਡਾਈ ਨਹੀਂ ਕੀ ਇੱਥੇ ਜੀ। ਆਪਾਂ ਮਿਸਤਰੀ ਕੇ ਕੰਮ ਕਰਦੇ ਤੇ ਜੀ, ਸਾਰੇ ਕੰਮ ਠੱਪ ਹੋ ਗਿਆ। ਆਪਾਂ ਭੁੱਖੇ, ਆਪਾਂ ਤਾਂ ਕੋਈ ਰੁਜ਼ਗਾਰ ਤਾਂ ਕਰਨਾ ਪੜੂਗਾ ਜੀ, ਮਜ਼ਦੂਰੀ ਤਾਂ ਕਰਨਾ ਪੜਨਾ ਹੀ ਹੈ, ਬਾਲ ਬੱਚਾ ਵੀ ਪਾਲਣਾ ਹੈ। ਆਪਾਂ ਗਰੀਬ ਬੰਦੇ, ਵੀ ਬਿਹਾਰ ਸੁਸਤਾ ਹੈ, ਗਾੜੀ ਖੁੱਲ੍ਹੇਗਾ ਉਹ ਵੀ ਗਾੜੀ ਪਰੋਖ ਹੈ ਕਿ ਬਿਹਾਰ ਜਾਓ ਉਸ ਸਕੂਲ ਮੇਂ ਬੰਦ ਕਰ ਦੇਂਗੇ। ਕੋਈ ਜੀ, ਆਪਾਂ ਕਣਕ ਕੱਟਦੇ ਹੈ, ਜੋ ਪੈਸਾ ਕਮਾਤੇ ਹੈ, ਬਾਲ ਬੱਚਾ ਕੇ ਰਾਸ਼ਨ ਪਾਣੀ ਲਾਤੇ ਹੈ, ਖਿਲਾਤੇ ਹੈ, ਉਹ ਵੀ ਰਾਸ਼ਨ ਮਹਿੰਗਾ ਮਿਲਤਾ ਹੈ ਜੀ। ਪਿੰਡੂ, ਵਡਾਈ ਦਾ ਸੀਜ਼ਨ ਤਾਂ ਹੁਣ ਸ਼ੁਰੂ ਹੋਇਆ, ਇਸ ਤੋਂ ਪਹਿਲਾਂ ਜਿਹੜੇ ਵਿਹਲੇ ਥੇ ਜੀ, ਉਹਨਾਂ 'ਚ ਤੁਸੀਂ ਕਿਵੇਂ ਰੋਟੀ ਦਾ ਗੁਜ਼ਾਰਾ ਕਰਦੇ? ਕਿਵੇਂ? ਉਹ ਜੀ ਦੇਖੋ, 10 ਕਿਲੋ 5 ਕਿਲੋ ਆਟਾ ਖਰੀਦ ਕੇ ਰੱਖੇ ਤੇ ਉਹੀ 10 ਦਿਨ ਚੱਲਿਆ, ਬਾਕੀ ਆਪਾਂ ਇੱਧਰ ਸੀਜ਼ਨ ਲਗਾ ਰਹੇ ਹਾਂ। ਹੁਣ ਸੀਜ਼ਨ ਲੱਗ ਰਿਹਾ? ਹਾਂ ਜੀ। ਅਤੇ ਹੋਰ ਵਿਹਲੇ ਬੈਠੇ ਨੇ ਜੀ? ਇਸ ਤੋਂ ਬਾਅਦ ਫਿਰ ਹੁਣ ਅੱਗੇ ਦਾ ਕੀ, ਜਿਹੜਾ ਤੁਸੀਂ ਬਸ ਵਿਹਲੇ ਹੈ ਜੀ? ਵਿਹਲੇ? ਹਾਂਜੀ, ਫਿਰ ਭੁੱਖੇ ਮਰੀਏ ਵਾਲਾ ਹਾਲ ਹੈ ਜੀ। ਇਹਨੇ ਰੋਟੀ ਕਿੱਥੇ ਖਾਣੇ ਜਾਏਗੇ? 15 ਦਿਨ ਮੈਂ ਤਾਂ ਕਣਕ ਵਡਾਈ ਹੋ ਜਾਣਾ ਹੈ ਜੀ। ਕੰਮ ਤਾਂ ਮਿਲਿਆ ਤੁਹਾਨੂੰ? ਭੀੜ ਨਾ ਹੋ ਸਕੇ। ਉਹਨਾਂ ਕਿਹਾ ਕਿ ਇਸ ਵਾਰ ਸੀਜ਼ਨ ਥੋੜੀ ਦੇਰ ਜ਼ਰੂਰ ਚੱਲੇਗਾ, ਪਰ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਹਦੇ ਵਿੱਚ ਡੈਫੀਨੇਟਲੀ ਸਾਡੇ ਲਈ, ਇਹ ਸਾਡੇ ਕੀ ਸਾਰੇ ਪੰਜਾਬ ਲਈ, ਐਂਡ ਆਈ ਵੁੱਡ ਸੇ ਕਿ ਇੰਡੀਆ ਵਾਸਤੇ, ਐਤਕੀ ਥੋੜ੍ਹਾ ਜਿਹਾ ਚੈਲੇਂਜਿੰਗ ਪ੍ਰੋਕਿਓਰਮੈਂਟ ਹੈਗੀ ਹੈ ਜਿੱਥੇ ਜਿੱਥੇ ਵੀ ਵੀਟ ਹੁੰਦਾ ਸਾਡਾ। ਆਪਣੀਆਂ ਮੈਂ 2-3 ਮੀਟਿੰਗਸ ਇਹਨਾਂ ਤੋਂ ਜਿਹੜੀਆਂ ਰੈਲੇਵੈਂਟ ਏਜੰਸੀਜ਼ ਆ ਉਹਨਾਂ ਨਾਲ ਗੱਲ ਕਰਕੇ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ। DFSC, ਮੰਡੀ ਬੋਰਡ, ਚੀਫ ਐਗਰੀਕਲਚਰ ਅਫਸਰ ਇਹਨਾਂ ਨਾਲ ਕਰ ਲਈ ਹੈਗੀ ਹੈ, ਫਿਰ ਰਿਸਪੈਕਟਿਵ SDMs ਅੱਜ ਬੁਲਾਏ ਸੀਗੇ। ਉਹਦੇ 'ਚ ਸਾਡਾ ਇਹਨਾਂ ਨੇ ਕੁਛ ਮੰਡੀ ਬੋਰਡ ਨੇ ਦਿੱਤੀਆਂ ਕੋਈ ਇੰਸਟਰਕਸ਼ਨਸ, ਉਹਨਾਂ ਦੇ ਵਿੱਚ ਮੇਨ ਜਿਹੜਾ ਲੱਗ ਰਿਹਾ ਮੈਨੂੰ ਫੋਕਸ ਅਸੀਂ ਕਰਾਂਗੇ, ਕਿਉਂਕਿ ਕੋਵਿਡ ਪ੍ਰੋਟੋਕੋਲ ਵੀ ਅਸੀਂ ਫੋਲੋ ਕਰਨਾ। ਉਹਦੇ 'ਚ ਉਹਨਾਂ ਦਾ ਟੋਕਨ ਸਿਸਟਮ, ਉਹਨਾਂ ਨੂੰ ਆੜ੍ਹਤੀਆਂ ਨੂੰ ਟੋਕਨਸ ਦਿੱਤੇ ਜਾਣਗੇ, ਉਹ ਫਿਰ ਆਪਣੇ ਜਿਹੜੇ ਉਹਨਾਂ ਨਾਲ ਫਾਰਮਰਸ ਜੁੜੇ ਹੋਏ ਉਹਨਾਂ ਨੂੰ ਉਹ ਦੇਣਗੇ, ਤਾਂ ਕਿ ਜਿਹੜੀ ਇਹਦੀ ਅਰਾਈਵਲ ਹੈ ਉਹ ਥੋੜ੍ਹੀ ਸਟੈਗਰਡ ਰਹੇ, ਇੱਕਦਮ ਇਕੱਠੀ ਮੰਡੀਆਂ 'ਚ ਨਾ ਆਵੇ। ਸੋ ਉਸ ਹਿਸਾਬ ਨਾਲ ਫਾਰਮਰ ਆਪਦੀ ਉੱਥੋਂ ਕੱਟੂਗਾ, ਫਿਰ ਫਸਲ ਲੈ ਕੇ ਆਊਗਾ। ਫਲੋਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ DFSC ਨਾਲ ਕਿ FCI ਕੋਲ ਪੱਕੀ ਲੇਬਰ ਹੈ, ਉਹ ਸ਼ਾਇਦ ਕੋਈ ਬਹੁਤ ਮੇਰਾ ਖਿਆਲ ਨਹੀਂ ਅੱਛਾ ਰਿਸਪੋਂਸ ਉਹਦੇ 'ਚ ਆਉਣ ਦੀ ਉਮੀਦ, ਪਰ ਆੜ੍ਹਤੀਆਂ ਕੋਲ ਜਿਹੜੀ ਆਪਦੀ ਲੇਬਰ ਹੈ ਉਹ, ਪਲੱਸ ਕੁਛ ਪੋਕਿਟਸ ਅਸੀਂ ਆਈਡੈਂਟੀਫਾਈ ਕੀਤੀਆਂ ਹੈਗੀਆਂ, ਜਿਵੇਂ ਕਿਸੇ ਥਾਵਾਂ 'ਤੇ ਹਜੇ ਲੇਬਰ, ਕਿਉਂਕਿ ਕਰਫਿਊ ਹੈ ਉਹਦੇ ਕਰਕੇ ਉਹ ਵਿਹਲੇ ਬੈਠੇ ਹੈ, ਜੇ ਉਹਨਾਂ ਨੂੰ ਅਸੀਂ ਗੱਲ ਕਰੀਏ, ਉਹ ਅੱਜ SDMs ਨਾਲ ਹੋ ਗਈ ਗੱਲ, ਇਹ ਆਪਦੇ ਏਰੀਆ 'ਚੋਂ ਐਕਸਪਲੋਰ ਕਰਕੇ ਦੇਖਾਂਗੇ ਵੀ ਉਹ 'ਚੋਂ ਕਿੰਨੀ ਕੱਢ ਸਕਦੇ। ਜਦੋਂ ਅਸੀਂ ਸਟੈਗਰਡ ਲਵਾਂਗੇ ਅਰਾਈਵਲ, ਉਹਦੇ ਨਾਲ ਸਾਨੂੰ ਫਿਰ ਥੋੜ੍ਹੀ ਲੇਬਰ ਨਾਲ ਵੀ ਕੰਮ ਚੱਲੂ। ਭਾਵੇਂ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਦਿੱਕਤ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ, ਪਰ ਇਹ ਤਾਂ 15 ਤਰੀਕ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪ੍ਰਸ਼ਾਸਨ ਕਿਸ ਪ੍ਰਕਾਰ ਦੀਆਂ ਸਹੂਲਤਾਂ ਕਿਸਾਨਾਂ ਨੂੰ ਉਪਲਬਧ ਕਰਵਾਏਗਾ। ਚੈਨਲ Y ਦੇ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।